ਭਾਈ ਤਾਰੂ ਸਿੰਘ ਜੀ ਦਾ ਖੋਪਰਾ ਲੈ ਗਿਆ ਨਾ, ਫਿਰ ਉਸ ਰਸ ਵਿੱਚ ਉਸ ਆਨੰਦ ਵਿੱਚ ਫਰਕ ਨਹੀਂ ਪਿਆ। ਧੰਨ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਗਿਆ, ਚਰਖੜੀਆਂ ਤੇ ਚਾੜ ਕੇ ਤੁੰਬੇ ਤੁੰਬੇ ਉਡਾ ਦਿੱਤੇ ਗਏ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਕਿਹਾ ਗਿਆ, ਕਹਿੰਦਾ ਉਹ ਬਰਾੜ ਲਿਖਦਾ ਆਪਣੀ ਕਿਤਾਬ ਵਿੱਚ, ਕਹਿੰਦਾ ਜਦੋਂ ਫੌਜਾਂ ਦੇ ਟੈਂਕਾਂ ਦੀ ਗੜਗਾਹਟ ਕਹਿੰਦੇ ਗੂੰਜਦੀ ਹੈ ਨਾ, ਤੋਪਾਂ ਦੇ ਗੋਲੇ ਜਦੋਂ ਵਰਦੇ ਹੈ, ਜਦੋਂ ਉਹਨਾਂ ਦਾ ਖੜਾਕ ਹੁੰਦਾ, ਕਹਿੰਦੇ ਵੱਡੇ ਵੱਡੇ ਬਹਾਦਰ ਜਿਹੜੇ ਉਹਨਾਂ ਦੇ ਪਸੀਨੇ ਛੁੱਟ ਜਾਂਦੇ ਹੈ। ਸੰਤਾਂ ਦਾ ਨਾਂ ਲੈ ਕੇ ਕਹਿੰਦਾ ਇਹ ਕਿਹਦਾ ਵਿਚਾਰਾ, ਕਹਿੰਦੇ ਇਹ ਤਾਂ ਜਦੋਂ ਇਹਦੇ ਕੰਨਾਂ ਵਿੱਚ ਕਹਿੰਦਾ ਟੈਂਕਾਂ ਦੀ ਆਵਾਜ਼ ਹੀ ਪਈ ਨਾ ਗੜਗੜਾਹਟ ਦੀ, ਇਹ ਤਾਂ ਦਰਬਾਰ ਸਾਹਿਬ ਨੂੰ ਛੱਡ ਕੇ ਕਹਿੰਦੇ ਸਾਡੀ ਸ਼ਰਨ ਵਿੱਚ ਈਨ ਮੰਨਣ ਲੱਗਿਆ, ਇੱਕ ਮਿੰਟ ਨਹੀਂ ਇਹਨੇ ਲਾਉਣਾ। ਇਹ ਉਹ ਕਹਿੰਦਾ ਪ੍ਰਸਾਦ ਸੰਗਤ ਜੀ ਜਿਸਦੇ ਹਿਰਦੇ ਵਿੱਚ ਨਾਮ ਵਸਿਆ ਹੋਇਆ ਸੀ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਰਸ ਸੀ, ਤੋਪਾਂ ਦੀ ਗੂੰਜ, ਤੋਪਾਂ ਦੇ ਗੋਲੇ, ਟੈਂਕਾਂ ਦੀ ਗੜਗਾਹਟ, ਬੰਦੂਕਾਂ ਦੀਆਂ ਗੋਲੀਆਂ ਤੇ ਸਾਧ ਸੰਗਤ ਦੀ ਹਵਾਈ ਹਮਲੇ ਉਸ ਮਹਾਂਪੁਰਖ ਨੂੰ ਹਿਲਾ ਨਹੀਂ ਸਕੇ। ਉਹ ਅਡੋਲਤਾ ਦੇ ਨਾਲ, ਦ੍ਰਿੜਤਾ ਦੇ ਨਾਲ, ਸ਼ੂਰਵੀਰਤਾ ਦੇ ਨਾਲ ਆਪਣੇ ਸਤਿਗੁਰੂ ਦੇ, ਆਪਣੇ ਮਹਾਂਪੁਰਖਾਂ ਦੇ, ਆਪਣੇ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਦਾ ਹੋਇਆ ਜਬ ਆਪ ਕੀ ਔਧ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੋ। ਫਿਰ ਉਸ ਮਹਾਂਪੁਰਖ ਨੇ ਸ਼ਹਾਦਤ ਦਿੱਤੀ, ਦੁਨੀਆਂ ਨੂੰ ਦੱਸ ਦਿੱਤਾ, ਬਰਾੜ ਲਿਖਦਾ ਆਪਣੀ ਪੁਸਤਕ ਦੇ ਵਿੱਚ, ਕਹਿੰਦਾ ਮੈਂ ਹੈਰਾਨ ਰਹਿ ਗਿਆ ਉਸ ਦੀ ਦਲੇਰੀ ਨੂੰ, ਉਸ ਦੀ ਕੁਰਬਾਨੀ ਨੂੰ, ਉਸ ਦੇ ਜਿਗਰੇ ਨੂੰ, ਕਹਿੰਦਾ ਮੈਨੂੰ ਸਲਾਮ ਕਰਨੀ ਪਈ। ਕਹਿੰਦਾ ਮੈਂ ਇਹ ਗੱਲ ਲਿਖਣ ਵਿੱਚ ਅੱਜ ਫਖਰ ਵੀ ਮਹਿਸੂਸ ਕਰਦਾ ਔਰ ਸ਼ਰਮਿੰਦਗੀ ਵੀ ਮੈਨੂੰ ਹੋ ਰਹੀ ਹੈ ਕਿ ਕਿਹੜੀ ਸੋਚ ਨਾਲ ਮੈਂ ਹਮਲਾ ਕਰਨ ਗਿਆ ਸੀ, ਕਿਹੜੇ ਮੇਰੇ ਮਨ ਦੇ ਅੰਦਾਜ਼ੇ ਤਕਾਜ਼ੇ ਸਨ, ਜਿਹੜਿਆਂ ਉੱਤੇ ਸਾਰਿਆਂ ਉੱਤੇ ਉਸ ਨੇ ਮੁੱਠੀ ਭਰ ਸਿੰਘਾਂ ਨੂੰ ਨਾਲ ਲੈ ਕੇ ਪਾਣੀ ਫੇਰ ਦਿੱਤਾ। ਕਹਿੰਦਾ ਮੇਰੀਆਂ ਆਸਾਂ ਉੱਤੇ, ਕਹਿੰਦਾ ਮੈਨੂੰ ਅੱਜ ਇਹ ਗੱਲ ਲਿਖਣੀ ਪੈਂਦੀ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵਰਗੇ ਦੇ ਨਾਲ ਜਿੰਨੇ ਬਹਾਦਰ ਜੂਝੇ, ਜੇ 5000 ਇਹੋ ਜਿਹਾ ਸੂਰਮਾ ਮੇਰੀ ਫੌਜ ਵਿੱਚ ਕਿਤੇ ਹੁੰਦਾ ਤਾਂ ਮੈਂ ਦੁਨੀਆਂ ਦੇ ਵਿੱਚ ਪਾਕਿਸਤਾਨ ਨੂੰ 24 ਘੰਟਿਆਂ ਦੇ ਵਿੱਚ ਹਿੰਦੁਸਤਾਨ ਵਿੱਚ ਮਿਲਾ ਕੇ ਹਿੰਦੁਸਤਾਨ ਦਾ ਝੰਡਾ ਪਾਕਿਸਤਾਨ 'ਤੇ ਚਲਾਉਣ ਦੀ ਸਮਰੱਥਾ ਰੱਖਦਾ। ਕਹਿੰਦਾ ਜੇ 5000 ਉਹਦੇ ਵਰਗਾ ਸੂਰਮਾ ਕਿਤੇ ਮੇਰੇ ਨਾਲ ਹੋਵੇ। ਸੋ ਖਾਲਸਾ ਜੀ, ਐਸਾ ਉਹ ਮਹਾਂਬਲੀ ਮਹਾਂਪੁਰਖ ਕੀ ਸੀ ਉਹਦੇ ਕੋਲੇ? ਉਹਦੇ ਕੋਲੇ ਸੀ ਨਾਮ ਦਾ ਰਸ ਸੀ, ਉਹਦੇ ਕੋਲੇ ਗੁਰਸਿੱਖੀ ਸੀ, ਉਹਦੇ ਕੋਲੇ ਗੁਰਬਾਣੀ ਦੀ ਕਮਾਈ ਸੀ, ਉਹਦੇ ਕੋਲੇ ਭਗਤੀ ਦਾ ਰਸ ਸੀ। ਉਸ ਆਨੰਦ ਦੇ ਵਿੱਚ ਉਹ ਮਹਾਂਪੁਰਖ ਜੀਵਿਆ, ਉਸ ਨੇ ਪਰਵਾਹ ਨਹੀਂ ਕੀਤੀ ਔਰ ਵੱਡੀਆਂ ਵੱਡੀਆਂ ਸਰਕਾਰਾਂ ਨਾਲ, ਸਾਧ ਸੰਗਤ ਜੀ, ਵੱਡੀਆਂ ਸਰਕਾਰਾਂ ਨਾਲ, ਸਲਤਨਤਾਂ ਨਾਲ ਮੱਥਾ ਐਵੇਂ ਨਹੀਂ ਲਾਇਆ ਜਾਂਦਾ। ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਆ ਲੱਲੂ ਪੁੰਜੂ ਜੇ ਉੱਠ ਕੇ ਸੰਤ ਜਰਨੈਲ ਸਿੰਘ ਜੀ ਦੀ ਫੋਟੋ ਲਾ ਲੈਂਦੇ ਹੈ, ਆ ਧੁੰਦੇ ਵਰਗੇ ਦੁਸ਼ਟ ਫੋਟੋ ਲਾ ਲੈਂਦੇ ਆ, ਹੋਰ ਕਈ ਲਾ ਲੈਂਦੇ ਹੈ, ਇਹਨਾਂ ਨੂੰ ਪੁੱਛੋ ਕਿ ਸੰਤ ਜਰਨੈਲ ਸਿੰਘ ਦੀ ਵਿਚਾਰਧਾਰਾ ਤੁਸੀਂ ਉਹਦੀ ਫੋਟੋ ਤਾਂ ਲਾ ਲਈ ਲੋਕਾਂ ਨੂੰ, ਆ ਢੱਡਰੀਆਂ ਵਾਲੇ ਵਰਗੇ ਪਖੰਡੀ ਜਿਹੜੇ ਗੁਰਮਤ ਤੋਂ ਉਲਟ ਪ੍ਰਚਾਰ ਕਰਨ ਵਾਲੇ, ਫੋਟੋ ਸੰਤਾਂ ਦੀ, ਗੱਲਾਂ ਮਨਮਤ ਦੀਆਂ, ਮਨਮੁਖਾਂ ਵਾਲੀਆਂ ਕਰਨੀਆਂ, ਹਰ ਗੁਰੂ ਕੀ ਮਰਿਆਦਾ ਤੇ ਕਿੱਥੋਂ ਸ਼ੁਰੂ ਹੋ ਕੇ ਅੱਜ ਇਹ ਲੋਕ ਗੁਰਮਤ ਦੀਆਂ ਪਰੰਪਰਾਵਾਂ ਨੂੰ ਵੀ ਢਾਹ ਲਾਉਣ ਲੱਗ ਪਏ ਹੈ, ਪਿਰਥੀਏ ਵਰਗੇ, ਆ ਜਿਹੜਾ ਜਿਹਨੂੰ ਦੁਸ਼ਟ ਪੰਥਪ੍ਰੀਤ ਵਰਗੇ ਦੋਖੀ, ਸਰੋਵਰਾਂ ਦੀ ਨਿੰਦਿਆ, ਦਸਮ ਦੀ ਬਾਣੀ ਦੀ ਨਿੰਦਿਆ, ਗੱਲਾਂ ਸੰਤ ਜਰਨੈਲ ਸਿੰਘ ਜੀ ਦੀਆਂ ਕਰਨੀਆਂ, ਵਿਚਾਰਧਾਰਾ ਉਹਨਾਂ ਦੇ ਬਿਲਕੁਲ ਉਲਟ ਚੱਲਣਾ, ਬਿਲਕੁਲ ਸੰਗਤਾਂ ਦੇ ਵਿੱਚ ਗਲਤ ਮਨਮੁਖਾਂ ਵਾਲਾ, ਮਨਮਤ ਵਾਲਾ ਘਟੀਆ ਪ੍ਰਚਾਰ ਕਰਨਾ, ਢਾਹ ਲਾਉਣ ਵਾਲੀਆਂ ਗੱਲਾਂ ਕਰਨੀਆਂ, ਆ ਢੱਡਰੀਆਂ ਵਾਲਾ, ਵਿਸਾਖੀ ਖਾਲਸੇ ਨੇ 13 ਨੂੰ ਮਨਾਈ, 13 ਅਪ੍ਰੈਲ ਔਰ ਉਸੇ ਦਿਨ ਸੰਗਰਾਂਦ, ਆਖੇ ਮੈਂ ਨਹੀਂ ਇਹਨਾਂ ਸੰਗਰਾਂਦਾਂ ਨੂੰ ਮੰਨਦਾ, ਤੂੰ ਨਹੀਂ ਮੰਨਦਾ, ਤੂੰ ਬਹੁਤ ਵੱਡਾ। ਸੰਗਰਾਂਦ ਗੁਰੂ ਨਾਨਕ ਸਾਹਿਬ ਜੀ ਨੇ 12 ਮਹਾਂ ਉਚਾਰਿਆ,
12 ਮਹ ਗੁਰੂ ਅਰਜਨ ਦੇਵ ਜੀ ਨੇ ਉਚਾਰਿਆ, ਮੱਸਿਆ ਤੇ ਉਪਦੇਸ਼ ਦਿੱਤੇ, ਪੁੰਨਿਆ ਤੇ ਪੁੰਨਿਓ ਪੂਰਾ ਚੰਦੋ ਕਾਸ ਪਸਰੈ ਕਲਾ ਸਹਿਜ ਪ੍ਰਗਾਸ ਆਦਿ ਅੰਤਮਦ ਹੋਏ ਰਿਹਾ ਥੀਰ। ਸੋ ਇਹ ਸ਼ਬਦ ਸਤਿਗੁਰੂ ਜੀ ਨੇ ਉਚਾਰੇ, ਤੇਰੇ ਵਰਗੇ ਮੰਨਣ ਵਾਲਿਆਂ ਨਾਲੋਂ ਕੀ ਫਰਕ ਪੈ ਚੱਲਾ, ਤੇਰੇ ਵਰਗੇ ਅਨੇਕਾਂ ਤੁਰ ਗਏ ਦੁਨੀਆਂ ਤੋਂ, ਕੋਈ ਨਾਮ ਨਹੀਂ ਪੁੱਛਦਾ, ਬਾਤ ਨਹੀਂ ਤੁਹਾਡੀ ਕੋਈ ਲੈਂਦਾ ਮੁੜ ਕੇ, ਕੋਈ ਤੁਹਾਡਾ ਜ਼ਿਕਰ ਨਹੀਂ ਕਰਦਾ। ਅਨੇਕਾਂ ਆਏ ਇਸ ਪੰਥ ਵਿੱਚ, ਉਹ ਪੰਜ ਖੰਡੀਏ ਪਸੌੜੀਏ ਆਏ ਵੱਡੇ ਮਹਾਂਪੁਰਖਾਂ ਵੇਲੇ, ਉਹਨਾਂ ਨੇ ਵੀ ਦਸਮ ਦੀ ਬਾਣੀ ਤੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ, ਰਾਗ ਮਾਲਾ ਤੇ, ਭਗਤਾਂ ਦੀ ਬਾਣੀ ਤੇ, ਭੱਟਾਂ ਦੀ ਬਾਣੀ ਤੇ, ਉਹਨਾਂ ਨੇ ਵੀ ਇਹੋ ਜਿਹੇ ਪ੍ਰਚਾਰ ਕੀਤੇ ਸਨ, ਅੱਜ ਕਿਤੇ ਲੱਭਦੇ ਆ। ਸੱਚ ਨੇ ਸਦਾ ਰਹਿਣਾ, ਸੱਚ ਨੂੰ ਕੋਈ ਨਹੀਂ ਬਦਲ ਸਕਦਾ, ਇਸ ਮਰਜ਼ਾਦਾ ਨੂੰ ਕੋਈ ਤਬਦੀਲ ਨਹੀਂ ਕਰ ਸਕਦਾ। ਗੁਰੂ ਕੀ ਬਾਣੀ ਤੇ ਇਹੋ ਜਿਹੇ ਅਨੇਕਾਂ ਨਿੰਦਕ ਆਏ, ਅਨੇਕਾਂ ਨੇ ਤੁਰ ਜਾਣਾ, ਇਹਨਾਂ ਨੂੰ ਕੋਈ ਨਹੀਂ ਦੁਨੀਆਂ ਵਿੱਚ ਪੁੱਛੇਗਾ। ਸੋ ਖਾਲਸਾ ਦੀ ਫੋਟੋ ਉਸ ਮਰਦ ਮਹਾਂਪੁਰਖ ਦੀ ਲਾਉਣੀ, ਉਸ ਦੀ ਵਿਚਾਰਧਾਰਾ ਤੇ ਮੈਂ ਪੁੱਛਣਾ ਚਾਹੁੰਦਾ, ਵਿਚਾਰ ਕਰਦਾ ਸੰਗਤ ਵਿੱਚ ਕਿ ਸੰਤ ਬਾਬਾ ਜਰਨੈਲ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਦਸਮ ਬਾਣੀ ਦੇ ਉੱਤੇ ਉਹਨਾਂ ਨੇ ਸਵਾਸ ਸਵਾਸ ਪਹਿਰਾ ਦਿੱਤਾ, ਅੰਮ੍ਰਿਤ ਦੀ ਮਰਜ਼ਾਦਾ ਤੇ ਉਹਨਾਂ ਨੇ ਸਵਾਸ ਸਵਾਸ ਪਹਿਰਾ ਦਿੱਤਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਜ਼ਾਦਾ ਤੇ, ਗੁਰਪੁਰਬ ਤੇ, ਸਿੱਖ ਦਿਹਾੜਿਆਂ ਤੇ, ਉਹ ਆਪ 12 ਮਹਾਂ ਦੀ ਕਥਾ ਕਰਦੇ ਰਹੇ, ਮੱਸਿਆ ਤੇ ਤਰਨ ਤਾਰਨ ਸਾਹਿਬ ਜਾ ਕੇ ਪ੍ਰਚਾਰ ਕਰਦੇ ਰਹੇ, ਪੁੰਨਿਆ ਤੇ ਸੁਲਤਾਨਪੁਰ ਸਾਹਿਬ ਉਹ ਜਾਂਦੇ ਰਹੇ। ਕਿ ਉਹ ਐਡੀ ਵੱਡੀ ਹਸਤੀ ਇਹਨਾਂ ਚੀਜ਼ਾਂ ਦੇ ਉਲਟ ਚੱਲਦੇ ਸਨ? ਅੱਜ ਤੁਸੀਂ ਉਹਨਾਂ ਦਾ ਨਾਮ ਲੈ ਕੇ ਸੰਗਤਾਂ ਨੂੰ, ਭੋਲੇ ਭਾਲਿਆਂ ਨੂੰ ਗੁੰਮਰਾਹ ਕਰ ਰਹੇ ਹੋ। ਖਾਲਸਾ ਦੀ ਇਹ ਸਿੱਖੀ ਦੇ ਵਿੱਚ, ਸਿੱਖੀ ਦੇ ਭੇਸ ਵਿੱਚ, ਸਿੱਖੀ ਦੇ ਔਰ ਪੰਥ ਦੇ ਦੋਖੀ ਲੋਕ ਕੇ ਬੈਠੇ, ਇਹਨਾਂ ਤੋਂ ਬਚੋ, ਇਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਤਾਂ ਮੈਂ ਇਹ ਬੇਨਤੀਆਂ ਤੁਹਾਨੂੰ ਕਰ ਰਿਹਾ, ਤੁਹਾਨੂੰ ਪਤਾ ਹੋਣਾ ਚਾਹੀਦਾ, ਇਹਨਾਂ ਦੇ ਲਿਬਾਸ ਦੇਖੋ, ਆਹ ਢੱਡਰੀਆਂ ਵਾਲਾ ਬਹਿਰੂਪੀਆ, ਕਦੇ ਲਾਲ ਰੰਗ ਦੀ ਪੱਗ, ਕਦੇ ਹਰੇ ਰੰਗ ਦੀ ਪੱਗ, ਕਦੇ ਘੱਗਰੀ ਪਾਉਣੀ, ਕਦੇ ਸਾਧ ਸੰਗ ਜੀ ਚਟਕੀਲੇ ਪਟਕੀਲੇ ਕੱਢੇ ਕੱਪੜੇ, ਕਦੇ ਗੋਲ ਦਮਾਲਾ, ਕਦੇ ਗੋਲ ਨੀਲੀ ਦਸਤਾਰ, ਕਿ ਕਦੇ ਮੈਂ ਟਕਸਾਲ ਵਾਲਾ ਬਣ ਗਿਆ, ਕਦੇ ਰਾੜੇ ਵਾਲਾ ਬਣ ਗਿਆ, ਚਿੱਟੀ ਪੱਗ ਮੰਨ ਕੇ। ਅੱਜ ਤੇਰੀ ਪੱਗ ਕਿੱਧਰ ਤੁਰੀ ਫਿਰਦੀ ਹੈ? ਤੂੰ ਟਕਸਾਲ ਦੀ ਦਸਤਾਰ ਤੇ ਉਂਗਲ ਉਠਾਉਂਦਾ ਸੀ, ਤੂੰ ਤਾਂ ਆਪਣੀ ਪੱਗ ਨਹੀਂ ਸੰਭਾਲ ਸਕਿਆ। ਖਾਲਸਾ ਜੀ, ਕਦੇ ਨੀਲੀ ਪੱਗ, ਕਦੇ ਚਿੱਟੀ ਬੰਨ ਲਈ, ਕਦੇ ਦਮਾਲਾ ਬੰਨ ਲਿਆ ਕਿ ਮੈਂ ਅਖੰਡ ਕੀਰਤਨੀ ਜਥੇ ਵਾਲਾ, ਤੇ ਹੁਣ ਮਿਸ਼ਨਰੀਆਂ ਵਾਲੀ ਪੱਗ ਬੰਨ ਕੇ ਤੁਰ ਪਿਆ। ਸੋ ਖਾਲਸਾ ਜੀ, ਇਹ ਬਹਿਰੂਪੀਏ ਇਹਨਾਂ ਤੋਂ, ਤਾਂ ਮੈਂ ਬੇਨਤੀ ਕੀਤੀ ਇਹਨਾਂ ਤੋਂ ਬਚੋ। ਇਹ ਸੰਤਾਂ ਦਾ ਨਾਮ ਵਰਤਦੇ ਹੈ, ਆਏ ਪ੍ਰਚਾਰਕ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਨਾਂ ਨਾ ਲੈਣ, ਇਹਨਾਂ ਨੂੰ ਕੋਈ ਰੋਟੀ ਨਾ ਪੁੱਛੇ, ਇਹਨਾਂ ਨੂੰ ਧੱਕੇ ਮਾਰ ਕੇ ਸੰਗਤ ਕੱਢ ਦੇਵੇ, ਔਰ ਇਹਨਾਂ ਨੂੰ ਕੋਈ ਹੱਕ ਨਹੀਂ ਸੰਤਾਂ ਦਾ ਨਾਂ ਲੈਣ ਦਾ। ਸੰਤਾਂ ਦਾ ਨਾਂ ਲੈਣ ਦਾ ਉਹਨਾਂ ਨੂੰ ਹੱਕ ਹੈ, ਸੰਤਾਂ ਦੀ ਵਾਰਸ ਦਮਦਮੀ ਟਕਸਾਲ ਹੈ, ਸੰਤਾਂ ਦੇ ਵਾਰਸ ਸ਼ਹੀਦ ਪਰਿਵਾਰ ਹੈ, ਸੰਤਾਂ ਦੀ ਵਾਰਸ ਸਮੁੱਚਾ ਖਾਲਸਾ ਪੰਥ ਹੈ, ਸੰਤਾਂ ਦੇ ਵਾਰਸ ਉਹ ਹੈ ਜਿਹੜੇ ਸੰਤਾਂ ਦੀ ਸੋਚ ਤੇ ਪਹਿਰਾ ਦਿੰਦੇ। ਇਹ ਸੰਤਾਂ ਦੇ ਵਾਰਸ ਨਹੀਂ, ਇਹ ਸੰਤ ਜਰਨੈਲ ਸਿੰਘ ਜੀ ਦਾ ਨਾਂ ਲੈ ਕੇ ਇਹ ਦੁਖੀ ਪੰਥ ਦੀਆਂ ਜੜ੍ਹਾਂ ਵਿੱਚ ਤੇਲ ਦੇ ਰਹੇ, ਇਹਨਾਂ ਤੋਂ ਬਚੋ, ਮੈਂ ਤੁਹਾਨੂੰ ਬਾਰ ਬਾਰ ਬੇਨਤੀ ਕਰਦਾ। ਸੋ ਇਸ ਕਰਕੇ ਤਾਂ ਮੈਨੂੰ ਇਹ ਕਹਿਣਾ ਪੈ ਰਿਹਾ ਕਿ ਇਹ ਗੱਲਾਂ ਤੁਹਾਡੀ ਦ੍ਰਿਸ਼ਟੀਗੋਚਰ ਹੋਣੀਆਂ ਚਾਹੀਦੀਆਂ ਹਰ ਸਿੱਖ ਦੇ। ਸੋ ਇਸ ਕਰਕੇ ਤਾਂ ਮੈਂ ਬੇਨਤੀ ਕੀਤੀ ਹੈ, ਉਸ ਮਹਾਂਪੁਰਖ ਦੇ ਹਿਰਦੇ ਵਿੱਚ ਨਾਮ ਦਾ ਰਸ ਸੀ, ਉਸ ਨੇ ਇਤਨੀ ਦ੍ਰਿੜਤਾ ਵਿਖਾਈ, ਇਤਨੀ ਵੱਡੀ ਕੁਰਬਾਨੀ ਦਿੱਤੀ।